रोजगार दी भाल च अक्सर ही नौजवान पढ़ लिख के विदेशों वल जा रहे ने, लेकिन कुछ समय तो लगातार पंजाबी नौजवानों की विदेश च मौत होने दी खबरां सामने आ रही ने। अजे एक मामला संगरूर दी हाउसिंग बोर्ड कलोनी तो सामने आया है, जिथे दे रहने वाले 26 साल नौजवान की विदेश च मौत हो गई। नौजवान रोजगार दी भाल च 7 महीने पहला ही कनेडा की धरती उत्ते गया सी। परिवार नूं की पता सी कि जिस पुत नूं चावां दे नाल विदेश की धरती दे उत्ते भेज रहे हैं, उसका एक दिन सुनेहा अजिहा आऊगा जो परिवार तो चलिया नहीं जाएगा। पर मन दे नाल परिवारक मैंबर ने कहा कि इन्हां कोल सिर्फ 3 एकड़ जमीन सी जो कि विदेश भेजने के चक्कर च गवा दिती। मृतक नौजवान की मां रोंदे हुए जिथे उसने सारी कहानी दसी, उथे ही पंजाब सरकार ने गुहार लाई कि पुत की मृतक देह नूं लियाउण लई मदद की जाए। पहला 4 साल पहला ब्याह किया 2019 च। उतो बाद ओनू भी पैसे पूसे भेजते रहे, इहदा भी कम लेट हो गया, करोना आ गया, 3-4 साल इत्थे लेट हो गया। ਉਹਨੂੰ ਵੀ ਪੈਸੇ ਪੂਸੇ ਭੇਜਦੇ ਰਹੇ। ਹੁਣ ਇਹਦੇ ਜਾਣ ਤੋਂ ਬਾਅਦ ਵੀ PR ਵਾਸਤੇ 6-7 ਲੱਖ ਰੁਪਈਆ ਹੋਰ ਭੇਜਿਆ ਉਹਨੂੰ। ਹੁਣ ਜਾਣ ਸਾਰੀ ਮਨਿੰਦਰ ਉਹ ਕਹਿੰਦੀ ਵੀ ਪੈਸੇ ਆਪਾਂ ਹੋਰ ਭਰਨੇ ਨੇ, ਅਜੇ PR ਦੀ ਫਾਈਲ ਵਗੈਰਾ ਕੁਛ ਨਹੀਂ ਲੱਗੀ। ਸਾਡੀ ਜ਼ਮੀਨ 'ਤੇ ਜਿਹੜੀ ਉਹ ਵੀ ਤਾਂ ਬੇਇੱਜ਼ਤੀ ਬੱਚਿਆਂ ਕਰਕੇ ਵੀ ਚਲੋ ਇਹ ਸੈੱਟ ਹੋਣਗੇ। ਪਰ ਜਦੋਂ ਉਹ ਸਾਨੂੰ ਆਹ ਸੁਨੇਹਾ ਮਿਲਿਆ ਜੀ, ਹਾਂ ਤੁਸੀਂ ਆਪ ਹੀ ਦੇਖ ਲਓ ਕੀ ਕਰੀਏ। 36 ਸਾਲ ਉਮਰ ਸੀ, ਹੱਥ ਬੰਨ ਕੇ ਪੀ ਲੈ ਜੀ ਮੇਰੇ ਬੱਚੇ ਨੂੰ ਇੱਥੇ ਸਾਡੇ ਕੋਲ ਭੇਜਿਆ ਜਾਵੇ, ਮਦਦ ਕੀਤੀ ਜਾਵੇ। ਜ਼ਮੀਨ ਸਾਰੀ ਵਿਕ ਗਈ ਜੀ, ਅਸੀਂ ਕਾਸੇ ਜੋਗੇ ਨਹੀਂ ਰਹੇ। ਮੈਨੂੰ ਆਇਆ ਸੀ ਮੇਰਾ ਬੱਚਾ ਸੈੱਟ ਹੋਊਗਾ, PR ਹੋ ਜਾਣਗੇ ਅੱਗੇ, ਚਲੋ ਉਹਦੇ ਬਾਅਦ ਸੈੱਟ ਹੋਣਾ, ਬੱਚਿਆਂ ਦੀ ਲਾਈਫ ਸੈੱਟ ਹੋ ਜੂਗੀ। ਜੋਬ ਕਰਦੇ ਨੇ ਜੀ ਸਰਕਾਰੀ ਚੌਕੀਦਾਰ ਨੇ। ਮੇਰਾ ਭਾਣਜਾ ਲੱਗਦਾ ਸੀ, ਬੱਚੇ ਦਾ ਨਾਮ ਮਨਿੰਦਰਜੀਤ ਸਿੰਘ ਸੀਗਾ। 7-8 ਮਹੀਨੇ ਪਹਿਲਾਂ ਅਸੀਂ ਉਹਨੂੰ ਕਨੇਡਾ ਭੇਜਿਆ ਸੀਗਾ ਤੇ ਸਾਨੂੰ ਹੁਣ ਉਹਨਾਂ ਦੀ ਮੌਤ ਦੀ ਖ਼ਬਰ ਦਾ ਪਤਾ ਲੱਗਿਆ। ਪੜ੍ਹਾਈ ਕਰਨ ਲਈ ਗਿਆ? ਨਹੀਂ ਜੀ, ਉਹ ਪਹਿਲਾਂ ਉਹਨਾਂ ਦੇ ਘਰ ਦੇ ਗਏ ਹੋਏ ਸੀਗੇ, ਹੁਣ ਉਹ ਵਰਕਅਪ 'ਤੇ ਗਿਆ ਸੀਗਾ। ਪਤਾ ਲੱਗਿਆ ਜੀ? ਨਹੀਂ ਜੀ, ਫਿਲਹਾਲ ਸਾਨੂੰ ਤਾਂ ਉਹਨਾਂ ਦੀ ਡੈਥ ਦਾ ਬਾਰੇ ਪਤਾ ਲੱਗਾ, ਸਿਰਫ ਇੰਨਾ ਹੀ ਪਤਾ ਵੀ ਉਹਦੀ ਮੌਤ ਹੋ ਚੁੱਕੀ ਹੈ। ਸਾਡੇ ਕੋਲ ਤਾਂ ਇੰਨਾ ਫਾਈਨੈਂਸ਼ਲੀ ਕੁਛ ਨਹੀਂ ਹੈਗਾ ਵੀ ਅਸੀਂ ਪੈਸੇ ਖਰਚ ਕੇ ਉਹਨੂੰ ਲਿਆ ਸਕੀਏ ਇੱਥੇ। ਅਸੀਂ ਤਾਂ ਸਰਕਾਰ ਵੱਲੋਂ ਇਹ ਕੋਈ ਮੰਗ ਕਰਦੇ ਹਾਂ ਵੀ ਜੇ ਸਾਡੀ ਕੋਈ ਹੈਲਪ ਕਰ ਸਕਦਾ ਹੋਵੇ, ਅਸੀਂ ਆਪਦੇ ਬੱਚੇ ਨੂੰ ਇੱਥੇ ਲੈ ਕੇ ਉਹਦੀ ਜਿਹੜੀ ਵੀ ਮਿੱਟੀ ਆ ਆਪ ਸਮੋਲ ਸਕੀਏ। ਨਹੀਂ ਜੀ, ਫਿਲਹਾਲ ਤਾਂ ਅਸੀਂ ਸਾਨੂੰ ਜਦੋਂ ਦਾ ਪਤਾ ਲੱਗਿਆ ਸਾਡੇ ਕਲਹੂਰੀ ਇੰਨਾ ਮਚ ਰਿਹਾ ਵੀ ਅਸੀਂ ਕਿਸੇ ਕੋਲ ਹਰੇ ਨਹੀਂ ਜਾ ਸਕੇ ਹੈਗੇ। ਇਹ ਜੀ ਰੇਗਨਰ ਦੇ ਬੇਟਾ 4 ਸਾਲ ਹੋ ਗਏ ਤੇ ਜੀ, ਬੇਟੇ ਨੂੰ ਗਏ ਉਹਦੀਆਂ ਫੀਸਾਂ ਭਰ ਰਹੇ ਸੀ, 8 ਮਹੀਨੇ ਹੋ ਗਏ ਜੀ ਬੇਟਾ ਤੋਰਿਆ ਦੀ ਜੀ। ਬਸ ਜੀ ਪਰਮਾਤਮਾ ਨੂੰ ਸੰਤੋਖ, ਬਾਹਰ ਵਾਲੇ ਦਿਨ ਪਤਾ ਲੱਗਿਆ ਜੀ ਡੈਡ ਹੋ ਗਈ। ਪਿੱਛੇ ਜੀ ਇੱਕ ਬੇਟਾ ਹੈ ਜੀ, ਉਹਦਾ ਡੈਡੀ ਇੱਕ ਮੰਮੀ ਜੀ। ਮੰਗਦਾ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਡੈਡ ਬੋਡੀ ਸਾਡੇ ਕੋਲ ਪਹੁੰਚਾਈ ਜਾਵੇ, ਜਿਹੜੇ ਪੱਲੇ ਵਿਚਾਰੇ ਨੇ ਕੁਛ ਨਹੀਂ ਹੈਗਾ। ਪਹਿਲਾਂ ਆਪਣੀ ਜਿਹੜੀ ਜਾਇਦਾਦ ਸੀ ਉਹ ਵੇਚ ਕੇ ਇਹਨੂੰ ਕਢਾਈ ਵਾਸਤੇ ਜੀ ਬੇਟਾ ਸੋਰਿਆ ਦੀ ਜੀ, ਉਹ ਵਿਚਾਰਾ। ਦੁਖਦਾਈ ਖ਼ਬਰ ਜੀ ਸਾਨੂੰ ਪਰਸੋਂ ਪਤਾ ਲੱਗਿਆ ਜੀ। ਫੋਨ ਕਿੰਨਾ ਆਇਆ? ਫੋਨ ਜੀ ਉੱਥੋਂ ਮੁੰਡਾ ਆਇਆ ਸੀ ਜੀ ਕਿਸੇ ਦਾ ਬਿਜਲਪੁਰ, ਉਹਦੇ ਡਰੈਸ 'ਤੇ ਰਹਿਣਾ ਸੀ ਜੀ ਉਹ ਉਰੇ ਆਇਆ ਹੋਇਆ ਜੀ, ਉਹਦੇ ਜਦੋਂ ਕਮਰੇ 'ਚ ਆਏ ਜੀ ਉਹਦੇ ਨਾਲ ਮੁੰਡਾ ਕੋਈ ਹੋਰ ਸੀ ਜੀ, ਸਾਨੂੰ ਤਾਂ ਉੱਥੋਂ ਪਤਾ ਲੱਗਿਆ।